ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਸਮੇਂ ਦੀਆਂ ਜਲਾਲਾਬਾਦ ਦੇ ਰਾਈਆਂਵਾਲਾ ਰੋਡ ਤੇ, ਜਿੱਥੇ ਦਲੇਰ ਸਿੰਘ ਜੋ ਪੰਜਾਬ ਪੁਲਿਸ ਦੇ ਵਿੱਚ ਬਤੌਰ ASI ਕੰਮ ਕਰਦੇ ਸਨ, ਉਹਨਾਂ ਦੇ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲਾਲਾਬਾਦ ਦੇ ਰਾਈਆਂਵਾਲਾ ਰੋਡ ਤੋਂ, ਜਿੱਥੇ ਇੱਕ ਔਰਤ ਦੇ ਵੱਲੋਂ ਜਿਹੜਾ ਹੈਗਾ ਇਲਜ਼ਾਮ ਲਗਾਏ ਜਾ ਰਹੇ ਹੈ ਕਿ ਪੰਜਾਬ ਪੁਲਿਸ 'ਚ ਬਤੌਰ ASI ਰਿਟਾਇਰਡ ਹੋਏ ਦਲੇਰ ਸਿੰਘ ਦੇ ਵੱਲੋਂ ਜਿਹੜਾ ਹੈਗਾ, ਜੋ ਕਿ ਉਸ ਦਾ ਪਤੀ ਹੈ, ਔਰਤ ਦਾ ਦਾਅਵਾ ਹੈ ਕਿ ਉਹ ਉਸਦਾ ਪਤੀ ਹੈ, ਔਰ ਉਸਦੇ ਵੱਲੋਂ ਦੋ ਪਰਿਵਾਰ ਜਿਹੜੇ ਆ ਉਹ ਬਣਾਏ ਗਏ ਸਨ। ਤਾਂ ਹੁਣ ਜਿਹੜਾ ਹੈਗਾ ਅੱਜ ਵਿਵਾਦ ਹੋ ਗਿਆ, ਇਹ ਘਰ ਹੈ ਔਰ ਇਸ ਘਰ ਦੇ ਬਾਹਰ ਜਿਹੜਾ ਹੈਗਾ ਵਿਵਾਦ ਚੱਲ ਰਿਹਾ, ਔਰ ਦਲੇਰ ਸਿੰਘ ਦਾ ਕਹਿਣਾ ਹੈ ਕਿ ਇਹ ਘਰ ਜਿਹੜਾ ਉਹਨਾਂ ਦੀ ਪਤਨੀ ਦੇ ਨਾਮ 'ਤੇ ਹੈ ਅਤੇ ਉਹਨਾਂ ਦਾ, ਜਦਕਿ ਦੂਜੇ ਪਾਸੇ ਇੱਕ ਹੋਰ ਔਰਤ ਦਾਅਵਾ ਕਰ ਰਹੀ ਹੈ ਔਰ ਉਹ ਕਹਿ ਰਹੀ ਹੈ ਕਿ ਇਸ ਘਰ ਦੇ ਵਿੱਚ ਉਹ ਰਹਿੰਦੀ ਸੀ ਅਤੇ ਹੁਣ ਜਿਹੜਾ ਹੈਗਾ ਇਸ ਘਰ ਦੇ ਵਿੱਚ ਉਸ ਨੂੰ ਬਾਹਰ ਕੱਢ ਦਿੱਤਾ ਗਿਆ। ਤਾਂ ਇੱਕ ਕਹਿ ਲਈਏ ਕਿ ਫੈਮਿਲੀ ਡਿਸਪਿਊਟ ਜਿਹੜਾ ਹੈਗਾ ਉਹ ਸਾਹਮਣੇ ਆਇਆ। ਹਾਲਾਂਕਿ ਦਲੇਰ ਸਿੰਘ ਨਾਲ ਗੱਲ ਕੀਤੀ ਹੈ ਤਾਂ ਉਹ ਵੀ ਮੰਨਦੇ ਆ ਕਿ ਉਹਨਾਂ ਦੀ ਪਤਨੀ ਵੀ ਇੱਥੇ ਮੌਜੂਦ ਹੈ ਔਰ ਦੂਸਰੀ ਔਰਤ ਜਿਹੜੀ ਉਹਨਾਂ ਦੀ ਪਤਨੀ ਹੋਣ ਦਾ ਦਾਅਵਾ ਕਰ ਰਹੀ ਹੈ, ਉਸ ਦੇ ਨਾਲ ਉਹਨਾਂ ਦੀ ਜਾਣ ਪਛਾਣ ਹੈ, ਉਹਨਾਂ ਦੇ ਰਿਲੇਸ਼ਨ ਹੈਗੇ, ਇਸ ਗੱਲ ਨੂੰ ਮੰਨਦੇ ਹੈ। ਲੇਕਿਨ ਵਿਵਾਦ ਜਿਹੜਾ ਹੈਗਾ ਇਹ ਪੂਰੀ ਤਰ੍ਹਾਂ ਦੇ ਨਾਲ ਫੈਮਿਲੀ ਵਿਵਾਦ ਜਿਹੜਾ ਹੈਗਾ ਉਹ ਸਾਹਮਣੇ ਆਇਆ ਔਰ ਆਰੋਪ ਜਿਹੜੇ ਆ ਦੋਨਾਂ ਵੱਲੋਂ ਇੱਕ ਦੂਜੇ 'ਤੇ ਲੱਗਦੇ ਹੋਏ ਦਿਖਾਈ ਦੇ ਰਹੇ ਆ। ਔਰ ਤਸਵੀਰਾਂ ਤੁਸੀਂ ਦੇਖ ਸਕਦੇ ਆ ਇਸ ਟਾਈਮ 'ਤੇ, ਸਮਾਨ ਜਿਹੜਾ ਹੈਗਾ ਘਰ ਦਾ ਉਹ ਇੱਥੇ ਖਿਲ ਰਿਹਾ ਹੋਇਆ ਬਾਹਰ ਦਿਖਾਈ ਦੇ ਰਿਹਾ। ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਸੰਤੋਸ਼ ਸ਼ਰਮਾ। ਕੀ ਰੌਲਾ ਕੀ ਹੈ, ਮਸਲਾ ਕੀ ਹੈ ਇੱਥੇ, ਤੁਸੀਂ ਹੁਣ ਨੱਕਾ ਤੋਂ ਖੜੇ ਹੋ? ਮੈਂ ਪਤੀ ਬਣਾ ਕੇ ਮੇਰੇ ਘਰੇ ਘਰੂ ਆਦੇ ਨਿਕਲਿਆ ਸੀ। ਇਹ ਕੌਣ? ਇਹ ਦਲੇਰ ਸਿੰਘ, ਇਹ ਡਿਊਟੀ ਕਰਦਾ ਸੀ, ਇਹਨੇ ਖੁਦ ਆਪ ਨੂੰ ਤੇਲ ਪਾ ਕੇ ਤੇ ਮੇਰੇ ਘਰ 'ਚ ਵੜ ਕੇ ਆਇਆ, ਮੈਨੂੰ ਜ਼ਬਰਦਸਤੀ ਮੈਨੂੰ ਇਹਨੇ ਆਪਣੀ ਪਤਨੀ ਬਣਾਇਆ, ਮੇਰੇ ਘਰ 'ਚ ਰਹਿਣ ਲੱਗ ਗਿਆ। ਮੈਂ ਇਹਦੀ ਜਾਨ ਬਚਾਉਂਦੀ ਹੋਈ, ਜਾਨ ਬਚਾਉਂਦੀ ਹੋਈ ਅੱਜ ਮੈਨੂੰ ਇਹਨੇ ਇਸ ਕੰਮ ਤੋਂ ਬਚਾਇਆ, ਜਿਹੜੇ ਮੇਰੇ ਪੈਸੇ ਲੈ ਕੇ ਮੈਂ ਆਪਦੀ ਜ਼ਮੀਨ ਰੱਖੀ ਹੈ, ਮੇਰੇ ਪਿਓ ਦੀ ਜ਼ਮੀਨ ਹੈਗੀ ਸੀ, ਉਹ ਮੈਂ ਪੈਸਾ ਲੈ ਕੇ ਮੇਰੇ ਕੋਲ ਸਟਾਂਡ ਨਹੀਂ ਹੈ। ਮੈਂ ਜਿਹੜੇ ਪੈਸੇ ਸੀ ਆਪਦੀ ਜਾਇਦਾਦ 'ਤੇ ਲਏ, ਇਹਨੂੰ ਮੈਂ ਪੈਸੇ ਦਿੱਤੇ ਦੇ ਕੇ ਤੇ ਜਦੋਂ ਮੈਂ ਪੈਸੇ ਨੂੰ ਕਾਲੀ ਲਈ, ਇਹਨੇ 420 ਨਾਲ ਲੋਕਡਾਊਨ ਹੋਇਆ, ਲੋਕਡਾਊਨ ਹੋਣ ਦੇ ਬਾਅਦ ਇਹਨੇ ਜਿਹੜੀ 420 ਨਾਲ ਆਪਦੀ ਪਤਨੀ ਨਾਲ ਪੈਸੇ ਨਾਲ ਇਹ ਜਿਹੜੀ ਪਹਿਲੇ ਮੇਰੇ ਪੈਸੇ ਲੈ ਕੇ ਆਪਦੀ ਪਤਨੀ ਨਾਲ ਲਵਾ ਦਿੱਤੀ, ਇਹਨੂੰ ਸਪੈਂਡ ਕੀਤਾ ਗਿਆ, ਇਹਨੂੰ ਬਾਲ ਕਰਾਇਆ ਗਿਆ, ਇਹ ਜ਼ਬਰਦਸਤ DSP 'ਤੇ ਜਾ ਕੇ ਮੈਂ ਇਹਨੇ ਬਿਆਨ ਦਿੱਤੇ ਵੀ ਇਹ ਮੇਰੇ ਨਾਲ ਨਹੀਂ ਰਹਿੰਦਾ, ਪਰ ਰਹਿੰਦਾ ਮੇਰੇ ਕੋਲ ਸੀ 420 ਨਾਲ, ਫਿਰ ਵੀ ਇਹਦੀ ਪਤਨੀ ਆਉਂਦੀ ਸੀ। ਇਹ 5.5 ਮਰਲੇ ਥਾਂ ਹੈਗੀ ਹੈ, ਵੱਡੇ ਮਰਲੇ ਨੇ ਇਹਨੇ। ਹੁਣ ਅੱਜ ਕੀ ਹੋਇਆ? ਅੱਜ ਮੇਰੇ ਨਾਲ, ਮੈਂ ਘਰ 'ਚ ਨਹੀਂ ਸੀ, ਮੇਰੀ ਬੇਟੀ ਘਰੇ ਇਕੱਲੀ ਸੀ, ਮੇਰੀ ਬੇਟੀ
ਮੈਂ ਕਿਤੇ ਕੰਮ ਦਾ ਕਿਤੇ ਕੰਮ ਗਈ ਸੀ ਆਪਦਾ, ਮੇਰੀ ਬੇਟੀ ਕਰੇ ਸੀ, ਮੇਰੀ ਬੇਟੀ ਦੇ ਬੂਹੇ ਤੋੜ ਕੇ ਇਹ 50 ਬੰਦਾ, 20 ਬੁੜੀਆਂ, 30 ਬੰਦੇ, ਇਹਨਾਂ ਦੇ ਸਾਰੇ ਜਿਹੜੇ ਆ ਕੇ ਤੱਕਾ ਤੋੜ ਕੇ ਤੱਕਾ ਮਾਰ ਕੇ 50 ਬੰਦਾ ਇਹ ਆ ਕੇ ਵੜ ਕੇ, ਜਦੋਂ ਮੈਂ ਉੱਥੇ ਵੇਖਿਆ ਰੋਲਾ ਪਿਆ, ਕੀ ਗੱਲ ਹੈ ਵੀ ਇਹ ਸਾਡੇ ਘਰ 'ਚ ਕੀ ਹੋਇਆ ਕਾਲਾ, ਜਦੋਂ ਮੈਂ ਘਰ 'ਤੇ ਮੇਰੀ ਬੇਟੀ ਦੇ 3 ਬੱਚੇ ਇਹਦੇ ਗਲ ਪੈ ਗਏ, ਮੈਂ ਜਦੋਂ ਆਈ ਇਹ ਦਲੇਰ ਸਿੰਘ ਮੇਰੇ ਆ ਕੇ, ਮੈਂ ਵਿਖਾ ਸਕਦੀ ਹਾਂ ਮੇਰੇ ਪੱਟਾਂ 'ਤੇ ਇਹਨੇ ਡੰਡੇ ਮਾਰ ਕੇ, ਇਸ ਬੰਦੇ ਨੇ ਮੈਨੂੰ ਔਰ ਮੇਰੀ ਬੇਟੀ ਨੂੰ ਆਉਂਦਾ ਫੜ ਲਓ ਬੰਨ ਲਓ, ਇਹਦੇ ਨਾਲ ਉਹ ਹਾਲਤ ਕਰੋ ਜਿਹੜੀ ਨਹੀਂ ਕਰਨੀ ਹੋਇਆ। ਬੰਦੇ ਮਾੜੇ ਨਾਲ ਚੰਗੇ ਜਾਣਾ ਇਹ ਵਿਸ਼ਵਾਸ ਕੀਤਾ ਸਰ, ਭਾਈਚਾਰਾ ਜਿਹੜੀ ਲਾਵਾਂ ਲਈ ਪਤਨੀ ਹੁੰਦੀ ਨਾ ਉਹੀ ਪਤਨੀ ਹੁੰਦੀ ਹੈ, ਬੰਦੇ ਜਿੱਥੇ ਮਰਜ਼ੀ ਥਾਂ ਤਾਂ ਬਿਮਾਰੀ ਆ ਗਈ ਹੈ। ਲੋਕਡਾਊਨ ਹੋ ਗਿਆ ਸੀ, ਸਾਡੀ ਮੰਮੀ ਦੇ ਨਾਲ ਰਜਿਸਟਰੀ ਲੋਕਡਾਊਨ ਤੋਂ ਕਿਤੇ ਪਹਿਲਾਂ ਲੱਗੀ ਹੋਈ, ਕਈ ਸਾਲ ਪਹਿਲਾਂ ਦੀ ਲੱਗੀ ਹੋਈ ਜੀ। ਇਹ ਜਿਹੜੇ ਇਹ ਹੁਣ ਜਿਹੜੀ ਜਗ੍ਹਾ ਇਹ ਤੁਹਾਡੀ ਮਾਤਾ ਇੱਕ ਮਿੰਟ ਤੁਹਾਡੇ ਨਾਂ ਤੇ ਅੱਛਾ ਅੱਜ ਕੀ ਹੋਇਆ? ਅੱਜ ਬਸ ਅਸੀਂ ਘਰੋਂ ਆਏ ਤਿਆਰ ਹੋ ਕੇ, ਅਸੀਂ ਇੱਕ ਮਿੰਟਾਂ ਤਲੇ ਕੀਤੇ, ਸਾਡਾ ਕਰਜ਼ਾ ਦੇ ਵਿੱਚੋਂ 38 ਬੰਦੇ ਪਾਸਟਰ ਗੁਰੂ ਸਾਰੇ ਪਾਇਆ ਨੇ, ਮਿੰਟ ਕੀਤੀ ਹੈ ਵੀ ਤੂੰ ਆਹਦਾ ਕਿਹੜਾ ਖਰਚਾ ਲੈਣਾ, ਲੈ ਲੈ ਥੋੜਾ, ਅੱਗੋਂ ਮੰਨਦੀ ਨੀ ਸੀ, ਇਹਦੀ ਡਿਮਾਂਡਾਂ ਬਹੁਤ ਸੀ, ਡਿਮਾਂਡ ਕੇ 10 ਲੱਖ ਮੰਗੇ, 20 ਲੱਖ ਮਾਤਾ ਜੀ ਕਿੰਨੇ ਦੇ ਮਕਾਨ ਦੇ ਰਹਿ ਰਹੇ ਸੀ? 10 ਲੱਖ ਇਹਨਾਂ ਨੇ ਜਦੋਂ ਮੈਂ ਘਰ ਚ ਨਹੀਂ ਸੀ, ਮੇਰੀ ਬੇਟੀ ਸੀ ਨਾਲ ਬੂਹੇ ਮਾਰ ਕੇ, ਬੂਹੇ ਤੋੜ ਕੇ, ਜੰਦਰੇ ਤੋੜ ਕੇ। ਹੁਣ ਤੁਸੀਂ ਅੱਜ ਹੁਣ ਮਸਲਾ ਹੋਇਆ ਕੀ ਹੈ? ਇਸ ਘਰ ਚ ਰਹਿ ਰਹੇ ਸੀਗੇ ਤੁਸੀਂ, ਇਹਨਾਂ ਨੂੰ ਕਿਹਾ ਵੀ ਪੈਸੇ ਲੈ ਲਓ, ਆਪਦਾ ਖਰਚਾ ਲੈ ਲਓ ਤੇ ਖਾਲੀ ਕਰ ਦੋ। ਹਾਂ ਆਖਿਆ ਸੀ। ਠੀਕ ਹੈ, ਤੁਸੀਂ ਪਰਿਵਾਰ ਸਮੇਤ ਆਏ ਹੋ? ਹਾਂ ਜੀ, ਹਾਂ ਜੀ। ਠੀਕ ਹੈ, ਫਿਰ ਕੀ ਹੋਇਆ ਇੱਥੇ ਹੁਣ ਰੌਲਾ ਕਿਸ ਗੱਲ ਦਾ? ਰੌਲਾ ਕਿਸ ਦਾ? ਇਹਦਾ ਸਮਾਨ ਅਸੀਂ ਚੁੱਕ ਕੇ ਬਾਹਰ ਕੱਢਤਾ। ਹੂੰ, ਅਸੀਂ ਆਪਣਾ ਬੈਠੇ ਤੂੰ ਥਾਣੇ ਐਪਲੀਕੇਸ਼ਨ ਦਿੱਤੀ ਹੈ ਜੀ, ਅਸੀਂ ਪਰਿਵਾਰ ਨੂੰ ਉਠਾ ਕੇ ਚੱਲੇ ਜੀ, ਸਾਨੂੰ ਨਹੀਂ ਪਤਾ ਦਿੱਤੀ ਸੀ, ਸਾਰਾ ਕੁਝ ਲੱਗਿਆ ਹੈ, ਸਭ ਕੁਝ ਲੱਗਿਆ ਹੈ। ਨਹੀਂ ਅੱਛਾ, ਇਹ ਮਾਲਕੀ ਹੈ ਤੁਹਾਡੀ? ਮਾਲਕੀ, ਮਾਲਕੀ ਇੱਕ ਹੀ ਦਿੰਦੇ ਇਸ ਇਹਦੇ ਵਿੱਚ ਜਿਹੜੀ ਇਹ ਕਹਿੰਦੇ ਲੋਕਡਾਊਨ ਦੇ ਵਿੱਚ ਰਿਸ਼ਤੇ ਰੁਕ ਗਏ ਸੀ। ਹੂੰ, ਇਹ ਇੱਕ ਕਲੋਨੀ ਦਾ ਨਾਂ ਰੱਖਿਆ ਗਿਆ ਸੀ। ਹੂੰ, ਕਲੋਨੀਆਂ ਦਾ ਰਿਸ਼ਤੀਆਂ ਕਰਨੀਆਂ ਬੰਦ, ਇਹ ਤੁਹਾਨੂੰ ਪਤਾ ਬੰਦ ਹੋ ਗਈਆਂ ਸੀ ਨਾ। ਹੂੰ, ਅੱਛਾ, ਕਲੋਨੀਆਂ ਦੇ ਵਿੱਚ ਰਿਸ਼ਤੀ ਬੰਦ ਹੋ ਗਈ, ਉਸ ਤੋਂ ਬਾਅਦ ਫਿਰ ਮੈਂ ਇਹਦੀ ਐਨਓਸੀ ਲਈ। ਹੂੰ, ਬਠਿੰਡਾ ਪੁੱਡੋ ਤੋਂ। ਹੂੰ, ਉਹ ਐਨਓਸੀ ਮੈਂ ਆਪਣੇ ਨਾਂ ਲਈ। ਹੂੰ, ਕਿਉਂਕਿ ਰਜਿਸਟਰੀ ਕਰਵਾਉਣੀ ਸੀ ਜੀ, ਫਿਰ ਗਵਰਨਮੈਂਟ ਵੱਲੋਂ ਇਹ ਹੋ ਗਿਆ ਵੀ ਇਹ ਰਜਿਸਟਰੀ ਜਿਹੜੀ ਔਰਤਾਂ ਨਾਲ ਕਰਾਤੀ ਜਾਵੇ ਤਾਂ ਖਰਚਾ ਘੱਟ ਆਉਂਦਾ, ਘੱਟ ਆਉਂਦਾ। ਉਹ ਰਜਿਸਟਰੀ ਮੈਂ ਫਿਰ ਆਪਣੇ ਘਰਦਿਆਂ ਦੇ ਨਾਂ ਕਰਵਾਤੀ, ਮੈਂ ਆਪਣੇ ਘਰਦਿਆਂ ਨਾਲ ਰਜਿਸਟਰੀ ਕਰ, ਮੈਨੂੰ ਹੱਕ ਸੀ ਮੈਂ ਕਰਵਾਤੀ, ਖਰਚੇ ਦੀ ਬੱਚਤ ਕਰਨੀ ਸੀ।
ਸਰ ਜੇ ਇਹ ਰਹਿ ਰਹੇ ਸੀਗੇ ਇਸ ਮਕਾਨ ਦੇ ਵਿੱਚ ਤਾਂ ਤੁਸੀਂ ਕਿਤੇ ਕੋਰਟ ਦਾ ਸਹਾਰਾ ਲੈਣਾ ਸੀਗਾ ਜਾਂ ਕਬਜ਼ਾ ਲੈਣ ਦਾ ਜਾਂ ਕਿਸੇ ਤਰੀਕੇ ਨਾਲ ਤੁਸੀਂ ਸੋਰਸ ਰਾਈ ਆਉਣਾ ਸੀਗਾ, ਪਰ ਇਹ ਵਾਜਬ ਸਮਝਦੇ ਹੋ ਜਿਹੜਾ ਅੱਜ ਤੁਸੀਂ ਇਹ ਕੰਮ ਕੀਤਾ ਜੀ? ਇਹ ਵਾਜਬ ਸਰ ਜੀ, ਜਦੋਂ ਇਹਨੂੰ ਇਹ ਹੁਣ ਕਹਿੰਦੀ ਕਿ ਮੈਂ ਚਾਰ ਲੱਖ ਰੁਪਈਆ ਮੇਰਾ ਖਰਚ ਕੀਤਾ ਬੇਟਾ ਮੈਨੂੰ ਦੇ ਦੇ ਤੇ ਮੈਂ ਵਿਹਲੀ ਹੋ ਜਾਂਦੀ ਹਾਂ, ਤੇ ਮੈਂ ਇਹਨੂੰ ਆਫਰ ਕੀਤੀ ਸੀ। ਪਾਸਟਰ ਸੀ, ਸਭ ਤੋਂ ਪਾਸਟਰ ਨੂੰ ਇਹ ਬਹੁਤ ਜ਼ਿਆਦਾ ਮੰਨਦੇ ਨੇ। ਪਾਸਟਰ ਨੂੰ ਮੈਂ ਉਸ ਵਕਤ ਇਹਨਾਂ ਨੂੰ ਉਹਨੇ ਕੋਲ ਉਹਨਾਂ ਕੋਲ ਖਿੱਚਿਆ ਗਿਆ, ਉਹਨਾਂ ਨੂੰ ਇਹਦੇ ਕੋਲ ਭੇਜਿਆ, ਉਹਨਾਂ ਨੂੰ ਮੈਂ ਆਫਰ ਕਰਕੇ ਘੱਲਿਆ ਸੀ ਵੀ 2.5-3 ਦੇ ਅੰਦਰ ਬਾਹਰ ਜਿੱਥੇ ਵੀ ਹੋਵੇ ਚਲੋ ਅੰਦਰ ਖਾਤੇ ਮੈਂ ਪੈਸੇ ਦੇ ਦਿਆਂਗਾ, ਥਾਂ ਖਾਲੀ ਕਰ ਦਿਆਂ। ਉਹਨਾਂ ਨੂੰ ਇਹਨਾਂ ਨੇ ਜਵਾਬ ਕੀ ਦਿੱਤਾ ਵੀ ਮੈਨੂੰ 5 ਮਰਲੇ ਜਗ੍ਹਾ ਲੈ ਕੇ ਦੇਵੇ, 5 ਮਰਲੇ 'ਤੇ 2 ਮਕਾਨ ਬਣਾ ਕੇ ਦੇਵੇ। ਉਹਨਾਂ ਨੇ ਮੈਨੂੰ ਉਵੇਂ ਦੱਸਿਆ। ਮੈਂ ਕਿਹਾ ਵੀ ਇੰਨੀ ਤਾਂ ਮੇਰੀ ਫੁਰਸਤ ਹੀ ਹੈ ਨਹੀਂ। ਫਿਰ ਇਹਨਾਂ ਦਾ ਇੱਕ ਖਾਸ ਬੰਦਾ ਰਾਣਾ ਵੱਜਦਾ ਨਿਬੇੜ ਦੀ, ਮੈਂ ਨਿਬੇੜ ਦਿਓ। ਮੈਂ ਕਹਿੰਦਾ ਕੋਈ ਖਰਚਾ ਪੱਠਾ? ਮੈਂ ਕਿਹਾ ਵੀ ਮੈਂ 2-3 ਲੱਖ ਦੇ ਥੋੜਾ ਬਹੁਤ ਅੰਦਰ ਬਾਹਰ। ਹੁਣ ਤੁਹਾਡਾ ਨੀ ਤੁਹਾਡੇ ਕੋਲ ਕੀ ਬੀਬੀ, ਤੁਸੀਂ ਕੀ ਮੰਗਦੇ ਹੋ ਇਹਨਾਂ ਤੋਂ? ਸਰ ਮੇਰਾ ਤਾਂ ਜੋ ਪੈਸਾ ਲੱਗਿਆ ਮੇਰੀ ਜ਼ਿੰਦਗੀ ਹੈ। ਕਿੰਨੇ ਪੈਸੇ ਲੱਗੇ ਆ ਤੁਹਾਡੇ? ਮੇਰੇ ਪੈਸੇ ਜਿਹੜੇ ਲੱਗੇ ਨੇ, ਮੇਰੀ 2.5 ਲੱਖ ਦੀ ਉਹਦਾ ਥਾਂ ਬਣੀ, ਠੀਕ ਹੈ, ਸਾਰੀ 2.5 ਲੱਖ ਦੀ ਥਾਂ ਹੈ। ਮੈਂ ਇਹਦੀ ਪਤਨੀ ਬਣੀ ਹਾਂ। ਮੈਂ ਇਹਨੂੰ ਉਦੋਂ ਕਿਹਾ ਸੀ ਵੀ ਆ ਪੁੱਛ ਲੈ ਕ੍ਰਿਸ਼ਨ ਬੇਟਾ, ਜੇ ਮੈਨੂੰ ਇਹ ਥਾਂ ਦੇ ਦੇ, ਇੰਨੀ ਦੇ ਦੇ, ਐਂ ਤੂੰ ਭਾਵੇਂ ਵੇਚ ਲੈ। ਇਹਨੇ ਮੈਨੂੰ ਥਾਂ ਨਹੀਂ ਦਿੱਤੀ ਅੱਜ ਤੱਕ। ਇਹਨੇ ਫਿਰ ਇਹ ਵੀ ਇਹ ਗੱਲ ਕੀਤੀ ਸੀ, ਜਿੰਨਾ ਤੱਕ ਤੂੰ ਜੀਂਦੀ ਹੈ ਉਹਨਾਂ ਤੱਕ ਤੈਨੂੰ ਕੋਈ ਨਹੀਂ ਟਾਵੇਗਾ। ਅੱਜ ਮੈਨੂੰ ਹੁਣੇ ਹੀ ਅਜੇ ਮਰ ਨਹੀਂ ਗਈ, ਮੈਂ ਜੀਂਦੀ ਜੀ ਮੈਨੂੰ ਅੱਜ ਤੜਪਾ ਰਿਹਾ, ਅੱਜ ਮੈਨੂੰ ਜੀਂਦੀ ਜੀ ਅੱਗ ਲਾ ਚੁੱਕਿਆ ਮੇਰੀ ਬੇਟੀ, ਤੇ ਮੈਂ ਕਿੱਥੇ ਜੇ ਦੱਸੋ ਮੈਨੂੰ ਪਹਿਲੇ। ਤੁਸੀਂ ਇਹਨਾਂ ਦਾ ਕੋਈ ਇੰਤਜ਼ਾਮ ਕਰਦੇ ਹੋ? ਫਿਰੋਜ਼ਪੁਰ ਸ਼ਰਮਾ ਫਾਈਨੈਂਸ ਵਾਲੇ, ਮੈਂ ਉਹਨਾਂ ਤੋਂ ਪੈਸੇ ਕਰਜ਼ੇ ਤੇ ਲੈ ਕੇ 5 ਰੁਪਏ ਸੈਂਕੜੇ ਤੇ ਲੈ ਕੇ ਇਹਦੀ ਪੇਮੈਂਟ ਜਗ੍ਹਾ ਕੀਤੀ, ਜਗ੍ਹਾ ਕਰਜ਼ੇ ਤੇ ਪੈਸੇ ਲੈ ਕੇ ਕੁਛ ਮੇਰੇ ਕੋਲ 1-1.5 ਲੱਖ ਮੇਰੇ ਕੋਲ ਕਿਤੇ ਫੜਫੜਾ ਲਿਆ। ਉਹਨਾਂ ਦਿਨਾਂ ਵਿੱਚ ਇਹ ਜ਼ਮੀਨ ਲਈ ਸੀ ਉਹਨਾਂ ਦੇ, ਅਜੇ ਵੀ ਰਿਕਾਰਡ ਹੈ ਉਹਨਾਂ ਕੋਲ ਮੇਰਾ, ਅਜੇ ਵੀ ਉਹਨਾਂ ਦੇ ਨਾਲ ਲੈਣ ਦੇਣ ਹੈ। ਉਹਨਾਂ ਤੋਂ ਪੈਸੇ ਲਿਆ ਕੇ ਮੈਂ ਵਰਤਦਾ? ਜਿਹੜਾ ਝੂਠ ਬੋਲੇ ਕਿ ਮੈਂ 2.5 ਲੱਖ ਰੁਪਈਆ ਲਾਇਆ ਹੈ, ਇਹ ਦੱਸਿਆ ਵੀ 2.5 ਲੱਖ ਰੁਪਈਆ ਲੈਣ ਦਾ ਹੱਲ ਕਿਵੇਂ ਕਰਨਾ ਚਾਹੁੰਦੇ ਹੋ ਜੀ? ਹੁਣ ਇਹਦਾ ਹੱਲ ਕਿਵੇਂ ਕਰਨਾ ਚਾਹੁੰਦੇ ਹੋ? ਦੇਖੋ ਦੇਖੋ ਤੁਸੀਂ ਇੱਕ ਮਿੰਟ ਜੀ, ਤੁਹਾਡੇ ਦੋ ਪਰਿਵਾਰ ਨੇ ਇਸ ਟਾਈਮ, ਤੁਹਾਡੇ ਦੋ ਪਰਿਵਾਰ ਨੇ ਕੀ ਕਰਦੇ ਹੋ? ਮੇਰਾ ਹੁਣ ਕੋਈ ਪਰਿਵਾਰ ਜਦੋਂ ਮੈਂ ਜਿਆਸਤੀ ਕਰਨ ਲੱਗੀ, ਮੇਰੀ ਗੱਲ ਸੁਣੋ, ਜੇ ਇਹ ਕਹਿ ਰਹੀ ਹੈ ਕਿ ਮੈਂ ਇਹਦੀ ਪਤਨੀ ਹੈ ਆ, ਮੇਰੀ ਪਤਨੀ ਹੈ ਸੀ, ਤੇ ਇਹਨੇ ਆਧਾਰ ਕਾਰਡ ਆਪਣੇ ਪਤੀ ਦੇ ਨਾਂ ਕਿਉਂ ਕਰਵਾਇਆ? ਤੂੰ ਕਿਉਂ ਕਰਾਇਆ? ਕੋਈ ਪੈਸਾ ਲਾਉਂਦਾ ਮੰਨ ਤੇ ਚਲੋ, ਕਿਰਾਏ ਤੋਂ ਕੋਈ ਰੰਗ ਨੀ ਕੱਲਾ ਕਰਾਉਂਦਾ, ਤੇ ਆ ਵੇਲੋ ਪਲੱਸ ਸਾਰਾ ਅੰਡਰਗਰਾਉਂਡ ਉਹ ਸਾਡੀ ਮਰਜ਼ੀ। ਮੈਨੂੰ ਕੋਰਟ ਚ ਨੀ ਪਤਨੀ ਮੰਨਿਆ, ਮੇਰੇ ਕੋਲ ਸਾਰੇ ਪ੍ਰੂਫ ਨੇ,
ਮੈਂ ਕੇਸ ਕੀਤਾ ਕੋਰਟ ਵਿੱਚ ਇਸਦੀ ਪਤਨੀ ਨੂੰ, ਕੋਰਟ ਦੇ ਵਿੱਚ ਇਹਨੂੰ ਚੈਲੰਜ ਨਹੀਂ ਕੀਤਾ ਗਿਆ ਵੀ ਇਹ ਮੇਰੀ ਪਤਨੀ ਹੈ, ਮੈਨੂੰ ਚੈਲੰਜ ਕੀਤਾ ਗਿਆ ਪਤਨੀ ਮੇਰੀ ਹੁੰਦੀ ਹੈ, ਠੀਕ ਹੈ। ਉਸ ਤੋਂ ਬਾਅਦ ਮੈਂ ਕੋਰਟ, ਤੁਹਾਡੇ ਕੋਲ ਸਬੂਤ ਹੈਗੇ ਨੇ? ਮੇਰੇ ਕੋਲ ਹੈਗੇ ਨੇ, ਦਿਖਾਉਣਾ ਚਾਹੋਗੇ? ਹੁਣ ਨਹੀਂ, ਮੈਂ ਹੁਣ ਲੈ ਕੇ ਮੈਂ ਕੀਤਾ, ਮੇਰੇ ਕੋਲ ਸਾਰਾ ਸਮਾਨ ਮੇਰਾ ਬਾਹਰ ਕੱਢ ਦਿੱਤਾ, ਸੜਤਾ, ਮੈਨੂੰ ਇਹਦਾ ਕੀ ਸ਼ੱਕ ਹੈਗਾ? ਮੈਨੂੰ ਕੋਈ ਸ਼ੱਕ ਨਹੀਂ, ਮੇਰਾ ਸਮਾਨ ਇੱਥੇ ਗਲੂ, ਮੈਂ ਸਾਰਾ ਕਣ ਮੇਰਾ ਉਲਟ ਪੁਲਟ ਸਮਾਨ ਕਰਤਾ, ਮੈਂ ਇਹਦੇ ਕੋਲ ਹੀ ਮੇਰਾ ਸਾਰਾ ਸਮਾਨ ਇਹਨੇ ਉਲਟ ਪੁਲਟ ਕਰਦਾ, ਹੋਸਾ ਮੇਰਾ ਸਮਾਨ ਇਹਨੇ ਕੱਢ ਲਿਆ ਵੀ, ਹੋਸਾ ਮੇਰਾ ਸਮਾਨ ਕੱਢ ਲਿਆ, ਇਹਨੇ ਕਿਉਂ ਮੇਰਾ ਸਮਾਨ ਹੱਥ ਖੜਾ ਮੇਰੇ ਸਾਹਮਣੇ ਸਮਾਨ ਕਰਦਾ, ਮੇਰੇ ਪੁੱਤ ਦੇ ਸਾਹਮਣੇ ਸਮਾਨ ਕਰਦਾ, ਕਿਉਂ ਨਹੀਂ ਮੇਰਾ ਸਮਾਨ ਕੱਢਿਆ ਦਾ? ਹੈਂ, ਮੇਰਾ 4 ਲੱਖਾਂ ਦਾ ਸਮਾਨ ਹੈਗਾ ਦਾ, ਮੇਰਾ 100 ਸੋਨਾ ਗਹਿਣਾ ਮੇਰਾ ਸਾਰਾ ਕੁਝ ਵਿੱਚ ਹੈ, ਮੇਰੀਆਂ 2 ਗਾਵਾਂ ਮੇਰੇ ਚੜ ਦਿੱਤੀਆਂ ਨੇ, ਮੇਰੇ ਪਸੂ ਦੇ ਵੱਲ ਲੋਕੀ ਫੜ ਕੇ ਲੈ ਗਿਆ, ਇਹਦਾ ਜ਼ਿੰਮੇਵਾਰ ਮੇਰੇ ਸਮਾਨ ਦਾ ਜ਼ਿੰਮੇਵਾਰ। ਤਾਂ ਦੋਸਤੋ, ਕੀ ਤਲਾ ਮਿਲੀ ਤੁਹਾਨੂੰ? ਸਾਨੂੰ ਤਲਾ ਮਿਲੀ ਹੈ ਜੀ ਸਿਟੀ ਜਲਾਲਾਬਾਦ ਤੋਂ, ਵੀ ਕੁਮਿਆਰ ਵਾਲੀ ਰੋਡ 'ਤੇ ਉੱਥੇ ਲੜਾਈ ਹੋ ਗਈ ਹੈ ਜੀ। ਤੁਸੀਂ ਉੱਥੇ ਮੌਕੇ 'ਤੇ ਪਹੁੰਚੋ ਜੀ, ਅਸੀਂ ਮੌਕੇ 'ਤੇ ਹਾਜ਼ਰ ਹੋ ਕੇ ਆ ਕੇ ਵੇਖਿਆ ਸੀ, ਉੱਥੇ ਕੋਈ ਬੰਦਾ ਬਰੰਦਾ ਨਹੀਂ, ਜਿਹੜੀ ਪਹਿਲਾਂ ਲੜਾਈ ਹੋ ਚੁੱਕੀ ਹੈ ਜੀ, ਸਾਡੇ ਹੋਣ ਦੀ ਕੋਈ ਲੜਾਈ ਨਹੀਂ। ਇਹ ਸਮਾਨ ਵਗੈਰਾ ਬਾਹਰ ਸੁੱਟਿਆ ਪਿਆ ਜੀ, ਇਹ ਆਰੋਪ ਸੁੱਟਿਆ ਪਿਆ, ਤਾਂ ਕਾਨੂੰਨੀ ਕਾਰਵਾਈ ਜਿਹੜੀ ਹੋਈ ਹੋਈ ਜੀ। ਹੁਣ ਤੁਸੀਂ ਇਸ ਬਾਬਤ ਵਿੱਚ ਅਫਸਰਾਂ ਨੂੰ ਦੱਸ ਰਹੇ ਹੋ? ਹਾਂਜੀ, ਅਫਸਰਾਂ ਦੱਸ ਰਿਹਾ ਜੀ, ਮੋੜ ਪ੍ਰਾਪਤ ਹੈ ਜੀ ਜੀ। ਕਿਨਾਂ ਹੈ ਸਰ? ਜਸਵੰਤ ਸਿੰਘ। ਠੀਕ, ਥੈਂਕ ਯੂ।